SSP ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ ਹੇਠ ਨਸ਼ੇ ਦੇ ਖਿਲਾਫ਼ ਚਲਾਈ ਗਈ ਮੁਹਿੰਮ ਲਗਾਤਾਰ ਰੰਗ ਲਿਆ ਰਹੀ ਹੈ, ਜਿਸ ਦੇ ਤਹਿਤ ਥਾਣਾ ਕਾਠਗੜ੍ਹ ਦੇ SHO ਪਰਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਚੈਕਿੰਗ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੇ ਦੀਆਂ ਗੋਲੀਆਂ ਨਾਲ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਹਨਾਂ ਨੇ ਕਥਿਤ ਆਰੋਪੀ ਨੂੰ ਕਾਬੂ ਕਰਕੇ ਉਸ ਦੇ ਖਿਲਾਫ਼ NDPSL ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ SHO ਕਾਠਗੜ੍ਹ ਪਰਵਿੰਦਰ ਸਿੰਘ ਨੇ ਦੱਸਿਆ ਕਿ ASI ਸੁਭਾਸ਼ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਹਾਈਟੈਕ ਨਾਕਾ ਰੇਲ ਮਾਜਰਾ ਵਿਖੇ ਲਗਾਇਆ ਗਿਆ ਸੀ। ਜਿਹੜਾ ਤੁਸੀਂ ਇਹ ਨਸ਼ੇ ਦੀ ਐਡੀ ਤਕੜੀ ਭੇਖ ਫੜੀ ਹੈ, ਕਿੱਥੇ ਜਾ ਰਹੀ ਸੀ, ਕਿੱਥੋਂ ਲਿਆ ਹੈ ਬੰਦਾ? ਇੱਦਾਂ ਹੈ ਜੀ, ਸਾਡੇ ਮਾਣਯੋਗ SSP ਮੈਡਮ ਅਲਕਾ ਮੀਨਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਡੇ ਜਿਹੜੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਥਾਂ ਥਾਂ ਜਿਹੜੀ ਨਸ਼ੇ ਤਸਕਰਾਂ ਨੂੰ ਫੜਨ ਲਈ ਨਾਕਾਬੰਦੀ ਜਿਹੜੀ ਪੂਰੀ ਸਖ਼ਤ ਕੀਤੀ ਜਾ ਰਹੀ ਹੈ। ਇਸੇ ਦੌਰਾਨ ਸਾਨੂੰ ਕੱਲ੍ਹ ਮਿਤੀ 14 ਤਰੀਕ ਨੂੰ ਇੱਕ ਵੱਡੀ ਸਫਲਤਾ ਉਦੋਂ ਪ੍ਰਾਪਤ ਹੋਈ ਜਦੋਂ ਸਾਡਾ ਜਿਹੜਾ ਹਾਈਟੈਕ ਨਾਕਾ ਆਸਰੋਂ ਹੈ ਉੱਥੇ ਸਾਡੇ ASI ਸੁਭਾਸ਼ ਨੇ ਜਿਹੜਾ ਕਿ ਨਾਕਾ ਲਾ ਕੇ ਰੂਟੀਨ ਵਾਈਜ਼ ਗੱਡੀਆਂ ਦੀ ਚੈਕਿੰਗ ਕਰ ਰਿਹਾ ਸੀ, ਜਦੋਂ ਉਹਨਾਂ ਨੇ ਗੱਡੀਆਂ ਨੂੰ ਰੋਕਣਾ ਸ਼ੁਰੂ ਕੀਤਾ, ਪਿੱਛੇ ਇੱਕ ਬੱਸ 'ਚੋਂ ਮੌਨਾ ਨੌਜਵਾਨ ਉਤਰ ਕੇ ਭੱਜ ਗਿਆ, ਜਿਹੜਾ ਕਿ ਸਾਡੀ ਪੁਲਿਸ ਪਾਰਟੀ ਨੇ ਸ਼ੱਕ ਦੀ ਬਿਨਾਹ 'ਤੇ ਉਹਨੂੰ ਫੜਿਆ। ਜਦੋਂ ਉਹਨੂੰ ਫੜਿਆ ਉਹਨੇ ਆਪਣਾ ਜਿਹੜਾ ਹੱਥ 'ਚ ਫੜਿਆ ਬੈਗ ਹੈ ਜੀ ਝਾੜੀਆਂ 'ਚ ਸੁੱਟਤਾ, ਜਿਹਦੇ ਵਿੱਚੋਂ ਭਾਰੀ ਤਦਾਦ ਦੇ ਵਿੱਚ ਜਿਹੜੀ ਗੋਲੀਆਂ ਦੀ ਜਿਹੜੀ ਖੇਪ ਹੈ ਥੱਲੇ ਗਿਰ ਗਏ ਪੱਤੇ। ਉਹ ਜਦੋਂ ਉਹ ਪੱਤੇ ਨੂੰ ਚੈੱਕ ਕੀਤਾ ਜੀ, ਉਹ ਪੱਤੇ ਜਿਹੜੇ ਨਸ਼ੇ ਦੇ ਵਿੱਚ NDPS ਐਕਟ ਦੇ ਉਹਦੇ 'ਚ ਆਉਂਦੇ ਸੀਗੇ, ਜਿਸ ਦੌਰਾਨ ਉਸ 'ਤੇ 2285 NDPS ਐਕਟ ਦਾ ਸੀ ਜੀ ਰਾਤ ਪਰਚਾ ਦਰਜ ਕਰ ਦਿੱਤਾ ਹੋਇਆ ਜੀ। ਇਹ ਬੰਦਾ ਜਿਹੜਾ ਕਿੱਥੋਂ ਦਾ ਹੈ ਜੀ, ਕੋਈ ਇੱਥੇ ਪਹਿਲਾਂ ਵੀ ਕੋਈ ਮੁਕੱਦਮੇ ਦਰਜ ਹੈ ਕਿ ਬਿਲ? ਇੱਦਾਂ ਹੈ ਜੀ, ਇਹ ਬੰਦਾ ਹੈਗਾ ਜੀ ਰੋਸ਼ਨ ਲਾਲ ਪੁੱਤਰ ਗੁਰਪਾਲ, ਵਾਸੀ ਫਗਵਾੜਾ ਰੋਡ ਹੁਸ਼ਿਆਰਪੁਰ ਦਾ ਬੰਦਾ ਹੈ ਜੀ। ਅਸੀਂ ਤੋਂ ਪੁੱਛਗਿੱਛ ਕਰ ਰਹੇ ਹਾਂ ਜੀ, ਪੁੱਛਗਿੱਛ ਦੌਰਾਨ ਸਾਹਮਣੇ ਆਇਆ ਵੀ ਇੱਥੇ ਪਹਿਲਾਂ ਵੀ ਜਿਹੜੇ 2-3 ਗੋਲੀਆਂ ਦੇ ਮੁਕੱਦਮੇ ਹੈਗੇ ਨੇ। ਇਹਦੇ ਵਿੱਚ ਜਿਹੜੀ ਇਹ ਗੋਲੀਆਂ ਜੀ, ਇਹਦੇ ਕਹਿਣ ਮੁਤਾਬਕ ਇਹ ਮੇਰਠ ਸਾਈਡ ਤੋਂ ਕਿਤੋਂ ਗੋਲੀਆਂ ਲੈ ਕੇ ਆਇਆ ਹੋਇਆ ਜੀ, ਜਿਹਦੇ ਵਿੱਚ ਐਲਪ੍ਰਾਜ਼ੋਲਮ 1050, ਸਿੰਪਲੈਕਸ 4550 ਅਤੇ ਟਰਾਮਾਡੋਲ 3600 ਗੋਲੀਆਂ, ਟੋਟਲ 9200 ਗੋਲੀਆਂ ਦੀ ਜਿਹੜੀ ਖੇਪ ਇਹ ਲੈ ਕੇ ਆ ਰਿਹਾ ਸੀ ਜੀ। ਅਤੇ ਇਹ ਜਿਹੜਾ ਬੰਦਾ ਆਪ ਵੀ ਆਦੀ ਆ ਕਿ ਸੇਲ ਹੀ ਕਰਦਾ ਸਿਰਫ? ਇਹਦੇ ਕਹਿਣ ਮੁਤਾਬਕ ਜੀ ਇਹ ਆਪ ਵੀ ਨਸ਼ੇ ਕਰਨ ਦਾ ਆਦੀ ਹੈ, ਨਸ਼ੇ ਦੇ ਵਿੱਚ ਜਿਹੜੀਆਂ ਗੋਲੀਆਂ ਵਗੈਰਾ ਖਾਂਦਾ ਜ਼ਰੂਰ ਹੈਗਾ ਜੀ ਇਹ, ਅਤੇ ਜਿਹੜੀਆਂ ਇਹਨੇ ਇਹ ਗੋਲੀਆਂ ਲਿਆਉਂਦੀਆਂ ਸੀ ਇਹਨੇ ਹੁਸ਼ਿਆਰਪੁਰ ਜਾ ਕੇ ਉੱਥੇ 3-4 ਮੁੰਡੇ ਹੈਗੇ ਜਿਹੜੇ ਇਹਨਾਂ ਨਾਮ ਦੱਸੇ ਜੀ ਉਹਨਾਂ ਨੂੰ ਜਾ ਕੇ ਦੇਣੀਆਂ ਸੀ। ਇਹ ਜਿਹੜਾ ਤੁਸੀਂ ਮੁਰਜ਼ਮ ਫੜਿਆ ਹੈਗਾ ਇਹ ਕੋਈ ਮੁਖਬਰ ਦੀ ਤਲਾਸ਼ ਸੀ ਕਿ ਵੈਸੇ ਕੋਈ ਰੂਟੀਨ ਦੀ ਚੈਕਿੰਗ ਸੀ? ਜਿਵੇਂ ਕਿ ਸਾਨੂੰ ਪਤਾ ਹੈ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਬੜੀ ਹੀ ਸਖ਼ਤ ਜਿਹੜੀ ਨਾਕਾਬੰਦੀ ਚੱਲ ਰਹੀ ਹੈ ਜੀ, ਨਸ਼ੇ ਦੀ ਮੁਹਿੰਮ ਚੱਲੀ ਹੋਈ ਹੈ ਮੈਡਮ ਸਾਡੇ ਜਿਹੜੇ SSP ਅਲਕਾ ਮੀਨਾ ਜੀ ਵੱਲੋਂ। ਉਸੇ ਦੌਰਾਨ ਜਿਹੜੀ ਮੁਹਿੰਮ ਦੌਰਾਨ ਇਹ ਸਾਡੀ ਚੈਕਿੰਗ ਕਰ ਰਹੇ ਸੀ, ਚੈਕਿੰਗ ਦੇ ਦੌਰਾਨ ਇਹ ਜਿਹੜਾ ਬੰਦਾ ਫੜ ਪਿਆ ਜੀ। ਓਕੇ ਸਰ, ਥੈਂਕ ਯੂ ਜੀ। ਬਲਾਚੌਰ ਤੋਂ ਤੇਜ ਪ੍ਰਕਾਸ਼ ਖਾਸਾ ਦੀ ਰਿਪੋਰਟ।